ਵੈਲਕਮ ਬੈਕ ਆਫਟਰ ਦ ਬ੍ਰੇਕ ਨਿਜਰ ਸਾਹਿਬ। ਅਸੀਂ ਡਿਸਕਸ ਕਰ ਰਹੇ ਸੀਗਾ ਹੋਮੇ ਦੇ ਉੱਪਰ, ਹੋਮੇ ਕੀ ਚੀਜ਼ ਹੈ, ਹੋਮੇ ਦੀ ਕੀ ਡੈਫੀਨੇਸ਼ਨ ਹੈ, ਹੋਮੇ ਕਿਸ ਤਰ੍ਹਾਂ, ਹੋਮੇ ਦੇ ਵਿੱਚੋਂ ਹੀ ਅਸੀਂ ਹੋਮੇ ਦਾ ਇਲਾਜ ਵੀ ਕਰ ਸਕਦੇ ਹਾਂ। ਇਹਦੇ 'ਤੇ ਥੋੜ੍ਹੀ ਹੋਰ ਅਸੀਂ ਜੋ ਗੁਰਬਾਣੀ 'ਚ ਕਿਹਾ ਹੈ ਕਿ ਹੋਮੇ ਦੇ ਬਾਰੇ ਕਿ ਹੋਮੇ ਕਿਸ ਤਰ੍ਹਾਂ ਸਿਮਰਨ ਕਰਕੇ ਜਾਂ ਅਸੀਂ ਗੁਰੂ ਦਾ ਸ਼ਬਦ ਲੱਭ ਕੇ ਤਾਂ ਹੋਰ ਅਸੀਂ ਹੋਮੇ ਦੇ ਚੱਕਰ 'ਚੋਂ ਜਿਹੜੇ ਇਲੂਜਨ ਹੈ, ਇਲੂਜਨ ਲਾਈਫ ਦਾ, ਉਹਨੂੰ ਦੂਰ ਕਰ ਸਕਦੇ ਜੀ। ਇਹਦੇ 'ਚ ਆਪਾਂ ਇੱਕ ਸ਼ਬਦ ਲੈਂਦੇ ਹਾਂ, ਤੀਸਰੀ ਪਾਤਸ਼ਾਹੀ ਦਾ ਸ਼ਬਦ ਹੈਗਾ ਅੰਗ 560 ਦੇ ਉੱਤੇ, ਵਡਹੰਸ ਮਹੱਲਾ ਤੀਜਾ। ਮਹਾਰਾਜ ਨੇ ਦੇਖੋ ਕਿੰਨੀ ਵੱਡੀ ਗੱਲ ਕਹੀ ਹੈ, ਕਹਿੰਦੇ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਇਨਾ ਵਸੇ ਇੱਕ ਠਾਏ। ਕਹਿੰਦੇ ਹੁਣ ਦੇਖ ਲਓ, ਹੋਮੇ ਅਤੇ ਨਾਮ ਦੇ ਨਾਲ ਜਿਹੜਾ ਹੈਗਾ ਦੋਨਾਂ ਦਾ ਵਿਰੋਧ ਹੈਗਾ, ਦੋ ਚੀਜ਼ਾਂ ਇੱਕ ਜਗ੍ਹਾ 'ਤੇ ਨਹੀਂ ਰਹਿ ਸਕਦੀਆਂ। ਜੇ ਹੋਮੇ ਰਹੂਗੀ ਤਾਂ ਨਾਮ ਨਹੀਂ ਰਹੂਗਾ, ਜੇ ਨਾਮ ਰਹੂਗਾ ਤਾਂ ਹੋਮੇ ਨਹੀਂ ਰਹੂਗੀ। ਬਸ ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਕਹਿੰਦੇ ਜੇ ਤੂੰ ਮੈਡੀਟੇਸ਼ਨ ਕਰਨਾ ਚਾਹੁੰਦਾ, ਜੇ ਤੂੰ ਭਗਤੀ ਕਰਨਾ ਚਾਹੁੰਦਾ, ਤਾਂ ਹੋਮੇ ਦੇ ਵਿੱਚ ਭਗਤੀ ਨਹੀਂ ਹੋ ਸਕਦੀ। ਪਹਿਲਾਂ ਇਸ ਚੀਜ਼ ਨੂੰ ਸਮਝ ਲਾ ਵੀ ਤੇਰੇ ਅੰਦਰ ਤੂੰ ਹੋਮੇ ਦੇ ਉੱਤੇ ਹੈਗਾ, ਆਪਣੇ ਆਪ ਨੂੰ ਡਰੋਪ ਕਰ ਦੇ। ਔਰ ਹਾਲਾਂਕਿ ਅੰਦਰ ਤੇਰੇ ਹਾਲੇ ਤੇਰਾ ਇਨਰ ਕੋਰ ਨਹੀਂ ਮੰਨੂਗਾ, ਪਰ ਇੱਥੋਂ ਸਟਾਰਟਿੰਗ ਇੱਥੋਂ ਕਰ ਵੀ ਆਪਣੇ ਆਪ ਨੂੰ ਡਰੋਪ ਕਰਕੇ ਆਪਣੀ ਹੋਂਦ ਨੂੰ ਜਿਹੜਾ ਹੈਗਾ ਜੀਰੋ ਕਰਕੇ ਤੂੰ ਜਿਹੜਾ ਹੈਗਾ ਭਗਤੀ ਸ਼ੁਰੂ ਕਰ। ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਕਹਿੰਦੇ ਤੇਰਾ ਮਨ ਦੀ ਜਿਹੜੀ ਹੈ ਜੋ ਵੀ ਹੈਗਾ ਤੇਰਾ ਬਿਰਥਾ ਵਿਅਰਥ ਜਾਂਦਾ ਆ। ਹੁਣ ਰਹਾਓ ਦੀ ਪੰਕਤੀ ਆਈ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਕਹਿੰਦੇ ਜੇ ਤੂੰ ਹੋਮੇ ਨੂੰ ਦੂਰ ਕਰਨਾ ਚਾਹੁੰਦਾ ਆ, ਪਰਮਾਤਮਾ ਨੂੰ ਚੇਤੇ ਦੇ ਵਿੱਚ ਲਿਆ, ਗੁਰੂ ਦੇ ਸ਼ਬਦ ਦੀ ਜਿਹੜੀ ਹੈਗੀ, ਗੁਰੂ ਜਿਹੜਾ ਸ਼ਬਦ ਜਪਣ ਨੂੰ ਕਹਿ ਰਿਹਾ ਆ, ਕਮਾਈ ਕਰ। ਇੱਥੇ ਦੇਖੋ ਮਹਾਰਾਜ ਨੇ ਨਹੀਂ ਲਿਖਿਆ ਕਿ ਗੁਰ ਕਾ ਸ਼ਬਦ ਸੁਣਾਏ, ਗੁਰ ਕਾ ਸ਼ਬਦ ਗਾਏ, ਗੁਰ ਕਾ ਸ਼ਬਦ ਸਮਝਾਏ, ਕੋਈ ਚੀਜ਼ ਨਹੀਂ। ਕੀ ਕਹਿ ਰਹੇ ਹੈ ਮਹਾਰਾਜ? ਦੇਖੋ ਇਹ ਐਸੀਆਂ ਕੁੰਡੀਆਂ ਇਹਨਾਂ ਨੂੰ ਫੜਨਾ ਹੈ ਆਪਾਂ ਨੇ। ਮਹਾਰਾਜ ਕਹਿੰਦੇ ਹਰ ਚੇਤ ਮਨ ਮੇਰੇ, ਆਪਣੇ ਮਨ ਨੂੰ ਕਹਿ ਰਹੇ ਆ, ਹਰ ਪਰਮਾਤਮਾ ਨੂੰ ਚੇਤੇ 'ਚ ਲਿਆ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਹੁਣ ਕਈ ਇੱਥੇ ਵੱਡੇ ਵੱਡੇ ਵਿਦਵਾਨ ਕਹਿੰਦੇ ਆ ਜੀ ਲਿਓ ਪਰਮਾਤਮਾ ਨੂੰ ਕਿਹੜਾ, ਵਾਰ ਵਾਰ ਵੀ ਇੱਕ ਅੱਖਰ ਦੀ ਭਗਤੀ ਕਰਨ ਦਾ ਕੀ ਫਾਇਦਾ ਆ, ਪਰਮਾਤਮਾ ਨੂੰ ਚੇਤੇ 'ਚ ਲਿਆਓ। ਚੇਤੇ 'ਚ ਕਿੰਨੀ ਕੁ ਦੇਰ ਤੱਕ ਤੁਸੀਂ ਰੱਖ ਸਕਦੇ ਹੋ? ਚੇਤੇ 'ਚ ਤਾਂ ਤੁਹਾਡਾ 2 ਸਕਿੰਟ 3 ਸਕਿੰਟ, ਵੱਧ ਤੋਂ ਵੱਧ ਮਿੰਟ ਵੀ ਨਹੀਂ ਚੇਤੇ 'ਚ ਰਹਿਣਾ। ਉਹ ਮਾਲਕ ਤਾਂ ਆਇਆ ਟਿਚਕਰਾਂ ਕਰਨੀਆਂ ਜਿਹੜੀਆਂ ਹੈਗੀਆਂ ਗੁਰਬਾਣੀ ਦੇ ਨਾਲ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹੋਮੇ ਜਾਏ। ਰਹਾਓ, ਦੇਖੋ ਆਹ ਹੁਕਮ ਆ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਏ ਬੁਝਾਏ ਜੀਓ। ਇਹਨੂੰ ਮੰਨੇਗਾ ਤਾਂ ਤੇਰੀ ਹੋਮੇ ਚਲੀ ਜਾਏਗੀ, ਇਹਨੂੰ ਆਪਣੇ ਮਨ ਦੇ ਵਿੱਚ ਲੈ ਕੇ ਜਾਏਗਾ ਅਤੇ ਤੇਰੀ ਹੋਮੇ ਜਿਹੜੀ ਹੈਗੀ ਦੂਰ ਹੋ ਜਾਏਗੀ। ਹੁਣ ਹੋਮੇ ਦੇ ਬਾਰੇ ਅਗਲੇ ਬੰਦਾਂ ਦੇ ਵਿੱਚ ਮਹਾਰਾਜ ਡਿਫਾਈਨ ਕਰ ਰਹੇ ਵੀ ਹੋਮੇ ਕੀ ਚੀਜ਼ ਆ। ਕਹਿੰਦੇ ਹੋਮੇ ਸਭ ਸਰੀਰ ਹੈ, ਹੋਮੇ ਉਪਤ ਹੋਏ। ਕਹਿੰਦੇ ਸਾਰਾ ਕੁਛ ਤੇਰੇ ਕੋਲ ਜੋ ਕੁਛ ਵੀ ਹੈ ਉਹ ਮਿੱਤਰਾ ਹੋਮੇ ਤੋਂ ਇਲਾਵਾ ਕੁਛ ਨਹੀਂ ਹੈਗਾ, ਔਰ ਹੋਮੇ ਦੇ ਵਿੱਚ ਹੀ ਤੇਰੀ ਪੈਦਾ ਤੂੰ ਪੈਦਾ ਹੋਇਆ ਹੈ। ਹੋਮੇ ਵੱਡਾ ਗੁਬਾਰ ਹੈ। ਕਹਿੰਦੇ ਇਟ ਇਜ਼ ਓਨਲੀ ਇਲੂਜ਼ਨ, ਬਹੁਤ ਤਕੜਾ ਇਲੂਜ਼ਨ ਹੈ ਹੋਮੇ। ਕਹਿੰਦਾ ਹੋਮੇ ਗੁਬਾਰ, ਕਹਿੰਦੇ ਦੇਖੋ ਕਿਸ ਕਿੰਨੀ ਜਿਹੜੀ ਹੈ, ਕਈ ਵਾਰੀ ਜਿਹੜੇ ਹੈਗੇ ਇੰਨਾ ਤੂਫਾਨ ਆ ਜਾਂਦਾ ਹੈ ਸਾਰਾ, ਫਿਰ ਆਪਣੀ ਸਾਈਡ ਅੱਖਾਂ 'ਚੋਂ ਦਿਸਦਾ ਹੀ ਨਹੀਂ ਹੈ, ਪੂਰਾ ਦਾ ਪੂਰਾ ਜਿਹੜਾ ਹੈਗਾ ਆਪਣੀਆਂ ਅੱਖਾਂ ਬੰਦ ਹੋ ਗਈਆਂ। ਕਹਿੰਦੇ ਤੇਰੇ ਇਸ ਗੁਬਾਰ ਦੇ ਨਾਲ, ਹੋਮੇ ਦੇ ਨਾਲ ਤੇਰੀਆਂ ਇਨਰ ਅੱਖਾਂ ਬੰਦ ਹੋਈਆਂ ਹੀ ਆ, ਜਿਹੜੀ ਸੱਚਾਈ ਨੂੰ ਲੱਭਣ ਵਾਲੀਆਂ ਅੱਖਾਂ ਤੇਰੀਆਂ ਬੰਦ ਹੋ ਚੁੱਕੀਆਂ ਆ। ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਕਹਿੰਦੇ ਕੋਈ ਵੀ ਹੋਮੇ ਦੇ ਵਿੱਚ ਜਿਹੜਾ ਹੈਗਾ ਹੋਮੇ ਨਾਲ ਰੱਖ ਕੇ ਕੋਈ ਵੀ ਚੀਜ਼ ਜਿਹੜਾ ਉਸ ਰਸਤੇ ਨੂੰ, ਉਸ ਪਰਮਾਤਮਾ ਦੇ ਰਿਐਲਿਟੀ ਨੂੰ ਨਹੀਂ ਬੁੱਝ ਸਕਦਾ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਕਹਿੰਦੇ ਮਾਲਕ ਦੀ ਭਗਤੀ ਹੋਮੇ ਦੇ ਵਿੱਚ ਨਹੀਂ ਹੋ ਸਕਦੀ ਅਤੇ ਹੁਕਮ ਨਹੀਂ ਬੁੱਝਿਆ ਜਾ ਸਕਦਾ। ਦੋਨਾਂ ਬੋਟ 'ਤੇ ਤੁਸੀਂ ਪੈਰ ਨਹੀਂ ਰੱਖ ਸਕਦੇ। ਬਈ ਤੁਸੀਂ ਦਿਨੇ ਜਿਹੜਾ ਸਵੇਰੇ ਜਿਹੜਾ ਹੈਗਾ ਮੈਡੀਟੇਸ਼ਨ ਕਰ ਲਈ, ਭਗਤੀ ਕਰ ਲਈ, ਔਰ ਬਾਅਦ ਵਿੱਚ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਕਿਸੇ ਨੂੰ ਡੀਲ ਕੀਤਾ ਵੀ ਫਲ ਉਹਨੇ ਚੀਟ ਕਰ ਲਿਆ, ਇਹਨੂੰ ਚੀਟ ਕਰ ਲਿਆ, ਆਹ ਕਰ ਲਿਆ, ਇਹਨੂੰ ਜਿਹੜਾ ਹੈਗਾ ਗੁੱਸੇ ਹੋ ਗਏ, ਉਹਦੇ ਨਾਲ ਧੋਖਾ ਕਰਤਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਉਹ ਮਹਾਰਾਜ ਕਹਿੰਦੇ ਇਹਦੇ ਵਿੱਚ ਤੇਰੇ ਕੋਲੋਂ ਭਗਤੀ ਨਹੀਂ ਹੋਣੀ ਔਰ ਹੁਕਮ ਨਹੀਂ ਬੁੱਝਿਆ ਜਾਣਾ। ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ। ਕਹਿੰਦਾ ਤੇਰਾ ਜੀਓ ਜਿਹੜੀ ਹੈ, ਤੇਰੀ ਆਤਮਾ ਜਿਹੜੀ ਹੈ ਬੰਨੀ ਪਈ ਹੋਈ ਹੈ ਹੋਮੇ ਦੇ ਵਿੱਚ, ਇਹਨੂੰ ਖੋਲ੍ਹਣਾ ਆ ਅਤੇ ਹੋਮੇ ਨੂੰ ਦੂਰ ਕਰਨਾ ਪਊਗਾ, ਨਾਮ ਤੇਰੇ ਅੰਦਰ ਨਹੀਂ ਵਸੂਗਾ। ਨਾਨਕ ਸਤਿਗੁਰ ਮਿਲੈ ਹੋਮੇ ਗਈ ਤਾਂ ਸੱਚ ਵਸਿਆ ਮਨ ਆਏ। ਕਹਿੰਦੇ ਆ ਜੇ ਸਤਿਗੁਰੂ ਨੂੰ ਮਿਲ ਜਾਏਗਾ ਤਾਂ ਹੋਮੇ ਤੇਰੀ ਦੂਰ ਹੋ ਜਾਏਗੀ। ਔਰ
कदों दूर होएगी? देखो होमे जद 10th गेट ओपन होगा सतगुरु उत्थे बैठा होया है। फिर ये गुरु ग्रंथ साहब का ज्ञान सारा का सारा की हैगा, ये उस सतगुरु की आडियो रिकॉर्डेड वॉइस हैगी, पूरी की पूरी रिकॉर्डेड वॉइस साढ़े को पई हुई है। और इस तो आपने हुण इस टाइम ये साडा प्यो हैगा, इस तो आपने दुनिया किवें विचरना है सारी डायरेक्शन इस तों लैनी है। जो ये कह रहा है उन्हें फॉलो करन की कोशिश करो, बस यही जिहड़ा हैगा रियल तुहानू जिहड़ा हैगा रस्ता लभूगा। नानक सतगुर मिले होमें गई तां सच वसिया मन आए, तां तुहाडे मन दे विच जिहड़ा हैगा परमेश्वर का नाम परमेश्वर सच है वह वस जाऊगा। सच कमावे सच रहे सच्चे सेव समाए, कहिंदे उस सच नूं कमाउंदा है बंदा और सच दे नाल लग्या रहिंदा है और उही सेवा है सच्चे दी और उहदे विच ही समा जांदा है। ब्यूटीफुली भाई साहब, बहुत अच्छा गुरबाणी के होमे के बारे दर्शाया गया। होमे और इल्यूजन और होमे तो बिना लाइफ किन्नी सच्ची हो जाती है, किन्नी परमात्मा के नेड़े हो जाती है। मैं यदा पैरल ड्रॉ करता रहना होना टाइम टू टाइम भाई साहब थोड़े ना मैं साझा भी करता रहा कि एक सज्जन ने अमेरिका दे एरिक नाम है, उहदियां 410 इंटरव्यूज कर लिया उन्होंने जिन्होंने इनलाइटनमेंट हुई है, और उन्होंने सारिया इंटरव्यू जिन्हें मैं 40-50 सुनिया उन्होंने सारांश यही है जो गुरबाणी के विच किया जो गुरु साहब ने कह दिता सी। वो कहिंदे जद तक असी अपनी जिहड़ी होमे है, जद तक कि मैं अपनी ईगो कि मैं कौन है, मेरी किन्नी प्रॉपर्टी है, मेरे को तिन्ना धन है, मेरे को किन्ने बच्चे है, मैं किन्ने डॉलर कमाना, मैं दुनिया का मेरे को इन्ना नॉलेज है, जब तक वो जड़ी चूरी चीज़ डिजॉल्व नहीं हो जाती तो उसी अपने आप नू एक सिर्फ एक जोत सिर्फ एक लाइट देखना शुरू नहीं कर देंगे। जब तक तुसी ये देखते हो कि मैं बड़ा बलवान है, मैं बड़ा स्मार्ट है, बड़ा हैंडसम है, तद तक तुहानू उहदी परमात्मा की कृपा नहीं होंदी। ये वह भी कह रहे हैं इस इसे तरह गुरु साहब ने गुरबाणी च होमे के बारे उ कुछ कहा कि वह जरा बिल्कुल पैरल हैगा। जब तक असी अपनी होमे न ट्रूली बाहरों कह नहीं गल बनती ट्रूली नहीं मार देंगे तद तक असी परमात्मा का ज दशम ग्रंथ सा नहीं खुल सकता, साढ़े च वीकनिंग की फीलिंग या वीकनिंग की भावना नहीं आएगी। हालांकि एक दूजे को कन्विंस करने लिए जरूर कहने थे मैं बहुत हम्बल है, मेरे च तो ईगो कुछ हाँ वो तो तुम देखो गुरुद्वारे के जरा कभी भी देखो जी लो जी मैं असी तो दास हाँ जी दास प्लीज कृपा करो साढ़े असी तो थोड़े दास हाँ हूँ उन्होंने दास में जरा इन्ना क कह दो भी आओ मेरे बूट पे उन्होंने जरा साफ करके लिया दे मेरे को देख तू असी यार मैं तो नीवा हो जा रहा तुम उत्ते सिर ते चढ़ी जा रहे हो। जिवें तुसी कहा कि नोइंग और टू नो एंड नॉलेज एंड नोइंग नॉलेज एंड नोइंग च फर्क है कि गुरु ग्रंथ साहब तो सारे पढ़ते हैं पढ़ी जाते हैं पाठ करते हैं वो नोइंग है उन्होंने नॉलेज बहुत है बट नोइंग नहीं है। नोइंग मीन प्रैक्टिकली नहीं उन्होंने जो इंसान उन्होंने प्रैक्टिकली कर लेगा वो कितने ना कितने जरूर पहुँच जाएगा वो गुरबाणी उन्होंने सच्चा विखाएगा। बिल्कुल हूँ आप एक ना जिहड़ा हैगा तीसरी पातशाही का शब्द लैने वो इस चीज़ में होर महाराज ने खोल के दसिया है अंग हैगा 158 गौड़ी गुआरेरी महला तीजा तीसरी पातशाही का यह भी शब्द हैगा। होमे विच सब जग बौराना लो, कहिंदे जी होमे दे विच सारा दुनिया लोग कहिंदे असी बड़े इंटैलीजेंट हैं असी बड़े स्मार्ट हैं, महाराज कहिंदे सारे जिहड़े हैगे बौरे होए पए आ पागल होए पए आ कहिंदे सारे दे सारे। बौरा किहनूं कहिंदे जिहनूं पता ही ना होए कोई चीज़ भी आ ठीक है ते आ मेरा माड़ा है ते आ ठीक है। होमे विच सब जग बौराना दूजे पाए परमे भुलाना, कहिंदे द्वैत कहिंदे है कुछ भी नहीं है सारा कुछ इक ही है परमात्मा, उपर परमात्मा जिहड़ा हैगा वो जोत स्वरूप भी हैगा और दुनिया के सारे विच भी उहदी जोत समाई हुई है और सारा बाकी सारी एनर्जी हैगी जिहड़ी भी जो कुछ आपां नूं दिस रहा है वो सारा का सारा यही भरम हैगा। होमे विच सब जग बुराना दूजे पाए भरमें भुलाना, ये दूजा भाव है सैकेंड आपां मान लैने भी आह फलाना आ मैं आ मैं जिते तुसीं अपने आप नूं कुछ मान लिया वो तुसीं द्वैत दे विच चले गए दूजा भाव आ गया तुहाडे अंदर है तो एक्चुअल तो एक परमात्मा ही हैगा।
ਦੂਜੇ ਪਾਏ ਪਰ ਮੈਂ ਪੁਲਾਨਾ ਬਹੁ ਚਿੰਤਾ ਚਿਤ ਵੈ ਆਪ ਨਾ ਪਛਾਣਾ। ਇੰਨੀਆਂ ਚਿੰਤਾਵਾਂ ਕਰਦਾ, ਇੰਨੇ ਚਿੰਨ ਉਹ ਮਾਇਆ ਦੇ ਵਿੱਚ ਘੁੰਮਦਾ ਕਰਦਾ, ਆਪਣੇ ਆਪ ਨੂੰ ਪਛਾਣਦਾ ਹੀ ਨਹੀਂ ਹੈ ਵੀ ਮੈਂ ਕੌਣ ਹੈਗਾ। ਧੰਦਾ ਕਰਦਿਆਂ ਅਨਦਿਨ ਵੀ ਆਉਣਾ ਕਹਿੰਦੇ, ਡੇ ਐਂਡ ਨਾਈਟ ਹਰ ਰੋਜ਼ ਧੰਦਾ ਕਰਦੇ ਕਰਦੇ ਉਹਦੀ ਗੁਜ਼ਰ ਜਾਂਦੀ ਹੈ। ਹਿਰਦੇ ਹੁਣ ਹੁਣ ਰਹਾਉ ਦੀ ਪੰਕਤੀ ਆਈ, ਹਿਰਦੇ ਰਾਮ ਰਮੋ ਮੇਰੇ ਭਾਈ, ਹੇ ਮੇਰੇ ਭਰਾਵੋ ਆਪਣੇ ਹਿਰਦੇ ਦੇ ਵਿੱਚ ਆਪਣੇ ਪਰਮਾਤਮਾ ਨੂੰ, ਉਸ ਪਰਮਾਤਮਾ ਨੂੰ ਰਮੋ, ਉਸ ਪਰਮਾਤਮਾ ਨੂੰ ਜਿਹੜਾ ਹੈਗਾ ਉਹਦਾ ਉਹਦੇ ਹਿਰਦੇ ਦੇ ਵਿੱਚ ਲੈ ਕੇ ਜਾਓ ਉਹਦੀ ਮੈਡੀਟੇਸ਼ਨ ਨੂੰ। ਗੁਰਮੁਖੇ ਰਸਨਾ ਹਰ ਰਸਨ ਰਸਾਈ, ਕਹਿੰਦੇ ਗੁਰੂ ਦੇ ਰਾਹੀਂ ਗੁਰੂ ਦੇ ਗੁਰਮੁਖ ਸਿਸਟਮ ਜਿਹੜਾ ਹੈਗਾ, ਜੋ ਗੁਰੂ ਗੁਰੂ ਕਹਿ ਰਿਹਾ ਉਹਨੂੰ ਮੰਨ ਕੇ ਔਰ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਦੇ ਨਾਲ ਰਸਾ ਲਾ ਰਹਾਓ। ਗੁਰਮੁਖੇ ਹਿਰਦੇ ਜਿਹਨੇ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਆਹ ਦੇਖੋ ਕਹਿੰਦੇ ਉਹ ਬੰਦਾ ਜਿਹਨੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਪਛਾਣ ਲਿਆ, ਇਸ ਗੁਰੂ ਦੇ ਰਾਹੀਂ ਜਿਹੜਾ ਹੈਗਾ ਉਸਨੇ ਉਸ ਜਗ ਜੀਵਨ ਪਰਮਾਤਮਾ ਨੂੰ ਸੇਵਾ ਕਰਕੇ ਉਹਦੀ ਚਾਰੇ ਯੁੱਗਾਂ ਤੱਕ ਉਹ ਬੰਦੇ ਦੀ ਐਗਜਿਸਟੈਂਸ ਰਹੂਗੀ। ਉਹ ਚਾਰ ਯੁੱਗ ਵਾਸਤੇ ਹਮੇਸ਼ਾ ਵਾਸਤੇ ਉਹ ਬੰਦਾ ਜਿਹੜਾ ਹੈਗਾ ਉਹ ਨਾ ਮਰੇਗਾ ਨਾ ਜੀ ਉਹ ਕਰੇਗਾ, ਉਹ ਹਮੇਸ਼ਾ ਵਾਸਤੇ ਪਰਮਾਤਮਾ ਵਰਗਾ ਹੀ ਬਣ ਗਿਆ ਔਰ ਉਹਦੇ ਨਾਲ ਹੀ ਰਹੂਗਾ। ਕਿਰਪਾ ਹਉਮੈ ਮਾਰ ਗੁਰ ਸ਼ਬਦੇ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਦਾਤਾ। ਇਹ ਉਹ ਕਰਮਾਂ ਦਾ ਮਿਹਰ ਕਰਨ ਵਾਲਾ ਪਰਮਾਤਮਾ ਜਿਹੜਾ ਹੈਗਾ ਉਹ ਵਿਦਾਤਾ, ਜਿਹੜਾ ਵਿਧੀ ਲਿਖਣ ਵਾਲਾ ਜਿਹੜਾ ਹੈਗਾ ਉਹ ਕਿਰਪਾ ਕਰ ਦਿੰਦਾ ਤਾਂ ਇਹ ਸਟੇਜ ਆ ਜਾਂਦੀ ਹੈ। ਸੇਜਨ ਸੱਚੇ ਜੋ ਗੁਰ ਸ਼ਬਦੇ ਮਿਲਾਏ, ਕਹਿੰਦੇ ਉਹ ਸੱਚੇ ਅਸਲੀ ਉਹ ਸੱਚੇ ਲੋਕ ਹੈਗੇ, ਉਹ ਜਨ ਅਸੇ ਸੱਚੇ ਆ ਜਿਹਨਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਪਰਮਾਤਮਾ ਨੇ ਮਿਲਾ ਦਿੱਤਾ ਆ। ਧਾਵਤ ਵਰਜੇ ਠਾਕ ਰਹਾ ਹੈ, ਉਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਦਸ ਇੰਦਰੀਆਂ ਨੂੰ ਜਿਹੜਾ ਹੈਗਾ ਉਹ ਜੋ ਮਨ ਨੂੰ ਗਾਈਡ ਕਰਦੀਆਂ ਆ ਉਹਨਾਂ ਨੂੰ ਮਾੜੇ ਪਾਸੇ ਤੋਂ ਜਾਣ ਤੋਂ ਰੋਕਤਾ, ਵਰਜ ਕਰ ਦਿੱਤਾ, ਠਾਕ ਲਿਆ। ਨਾਮ ਨੌ ਨਿਧ ਗੁਰ 'ਤੇ ਪਾਏ, ਉਹ ਫਿਰ ਗੁਰੂ ਕੋਲੋਂ ਨੌ ਨਿਧੀਆਂ 18 ਸਿੱਧੀਆਂ ਨਾਮ ਰੂਪੀ ਚੀਜ਼ ਪ੍ਰਾਪਤ ਕਰ ਲੈਂਦੇ ਆ। ਹਰ ਕਿਰਪਾ 'ਤੇ ਹਰ ਵਸੇ ਮਨ ਆਏ, ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦਾ ਨਾਮ ਜਿਹੜਾ ਹੈ ਮਨ ਦੇ ਵਿੱਚ ਆ ਕੇ ਵਸਦਾ ਹੈ। ਹੁਣ ਚੌਥਾ ਲਾਸਟ ਬੰਦ ਆਇਆ, ਰਾਮ ਰਾਮ ਕਰਦਿਆਂ ਸੁੱਖ ਸ਼ਾਂਤ ਸਰੀਰ, ਕਹਿੰਦੇ ਇਸ ਤਰ੍ਹਾਂ ਹੀ ਮੈਡੀਟੇਸ਼ਨ ਵਾਹਿਗੁਰੂ ਕਰਦਿਆਂ, ਰਾਮ ਰਾਮ ਕਰਦਿਆਂ, ਅੱਲਾ ਅੱਲਾ ਕਰਦਿਆਂ ਕਹਿੰਦੇ ਆ ਵੀ ਤੇਰੇ ਸੁੱਖ ਦੇ ਵਿੱਚ ਤੇਰੇ ਸਰੀਰ ਦੇ ਵਿੱਚ ਸ਼ਾਂਤੀ ਆ ਜਾਣੀ ਹੈ। ਅੰਤਰ ਵਸੇ ਨਾ ਲਗੇ ਜਮ ਪੀਰ, ਫਿਰ ਤੂੰ ਜੰਮਦਾ ਮਰਦਾ ਨਹੀਂ ਰਹੇਗਾ ਔਰ ਤੈਨੂੰ ਜਮ ਦੀ ਪੀੜ ਜਿਹੜੀ ਹੈਗੀ ਉਹ ਨਹੀਂ ਲੱਗੂਗੀ, ਉਹ ਤੇਰੇ ਅੰਦਰ ਪਰਮਾਤਮਾ ਵਸ ਜੂਗਾ। ਆਪੇ ਸਾਹਿਬ ਆਪ ਵਜ਼ੀਰ, ਹੁਣ ਇੱਥੇ ਦੇਖ ਲਓ ਸਾਹਿਬ ਉਹ ਮਾਲਕ ਆਪ ਹੀ ਮਾਲਕ ਹੈਗਾ ਅਤੇ ਆਪ ਹੀ ਵਜ਼ੀਰ ਆ। ਵਜ਼ੀਰ ਕਿਹਨੂੰ ਕਹਿ ਰਹੇ ਹੈ? ਵਜ਼ੀਰ ਕਹਿੰਦੇ ਆ ਗੁਰੂ ਵੀ ਆਪ ਹੀ ਹੈ, ਗੁਰੂ ਵਜ਼ੀਰ ਹੈਗਾ। ਕਹਿੰਦੇ ਉਹੀ ਮਾਲਕ ਪਰਮਾਤਮਾ ਆਪ ਆ, ਉਹੀ ਜਿਹੜਾ ਉਹਨੇ ਜਿਹੜਾ ਸਤਿਗੁਰੂ ਦੇ ਰੂਪ ਦੇ ਵਿੱਚ 10th ਗੇੜ 'ਤੇ ਜਿਹੜਾ ਆਪਾਂ ਨੂੰ ਦਰਸ਼ਨ ਦੇਣੇ ਆ ਉਹ ਵੀ ਉਹੀ ਹੈ, ਵਜ਼ੀਰ ਵੀ ਉਹੀ ਹੈ। ਨਾਨਕ ਸੇਵ ਸਦਾ ਗੁਣ ਹਰ ਗੁਣੀ ਗਹੀਰ, ਕਹਿੰਦੇ ਹਮੇ ਉਸ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਗੁਣਾਂ ਦੇ ਖਜ਼ਾਨੇ ਦਾ ਜਿਹੜਾ ਉਸ ਦੀ ਹਮੇਸ਼ਾ ਜਿਹੜਾ ਹੈਗਾ ਆਪਾਂ ਨੂੰ ਉਹਦੀ ਸੇਵਾ ਉਹਦਾ ਮੈਡੀਟੇਸ਼ਨ ਕਰਨਾ ਚਾਹੀਦਾ, ਉਹੀ ਉਹਦੀ ਸੇਵਾ ਹੈਗੀ ਹੈ। ਆਹ ਦੇਖ ਲਓ ਜੀ, ਇਹ ਦੂਸਰਾ ਨੰਬਰ ਆਪਾਂ ਨੇ ਕੀਤਾ, ਇਹਦੇ ਵਿੱਚ ਵੀ ਹਉਮੈ ਪੂਰੀ ਦੀ ਪੂਰੀ ਆਪਾਂ ਨੂੰ ਹਉਮੈ ਦੇ ਬਾਰੇ ਪੂਰਾ ਦਾ ਪੂਰਾ ਗਿਆਨ ਦਿੱਤਾ ਮਹਾਰਾਜ ਨੇ। ਹੁਣ ਇਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਵਿੱਚ ਅੰਗ 282 ਦੇ ਵਿੱਚ ਵੀ ਮਹਾਰਾਜ, ਹੁਣ ਆਪਾਂ ਇਹਨੂੰ ਮਹਾਰਾਜ ਇੱਕ ਇੱਕ ਚੀਜ਼ ਨੂੰ ਦੱਸਦੇ ਵੀ ਹਉਮੈ ਤੂੰ ਕਿਸ ਤਰ੍ਹਾਂ ਕਰਦਾ ਹੈ। ਕਹਿੰਦੇ ਰੂਪਵੰਤ ਹੋਏ ਨਾ ਹੀ ਮੋਹੈ, ਕਹਿੰਦੇ ਤੂੰ ਆਪਣੀ ਸੁੰਦਰਤਾ ਦੇ ਨਾਲ ਜਿਹੜਾ ਹੈਗਾ ਤੂੰ ਸੋਚਦਾ ਹੈ ਮੇਰੇ ਵਰਗਾ ਤਾਂ ਕੋਈ ਸੁੰਦਰ ਹੀ ਨਹੀਂ ਹੈਗਾ। ਕਹਿੰਦਾ ਉਹਦੇ ਨਾਲ ਤੂੰ ਰੱਬ ਨੂੰ ਖੁਸ਼ ਕਰ ਲਏਗਾ, ਰੱਬ ਮੋਹਿਆ ਜਾਊਗਾ ਉਹਦੇ ਨਾਲ। ਪ੍ਰਭ ਕੀ ਜੋਤ ਸਗਲ ਗੱਟ ਸੋ ਹੈ, ਕਹਿੰਦੇ ਉਹ ਮਾਲਕ ਦੀ ਜੋਤ ਤਾਂ ਸਾਰਿਆਂ ਦੇ ਵਿੱਚ ਸੋ ਰਹੀ, ਸੁਭਾਵਾਨ ਹੈਗੀ ਹੈ। ਕਹਿੰਦੇ ਤੂੰ ਐਵੇਂ ਆਪਣੇ ਰੂਪ ਦੀ ਹਉਮੈ ਕਰਕੇ ਉਹਦੇ ਵਿੱਚ ਫਸਿਆ ਬੈਠਾ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸਕਾ ਦੀਆ ਦਰਬ ਹੈ, ਕਹਿੰਦੇ ਤੂੰ ਧਨਵਾਨ ਹੋ ਕੇ ਜਿਹੜਾ ਹੈਗਾ ਤੂੰ ਬੜਾ ਘਮੰਡ ਕਰ ਰਿਹਾ ਆਪਣੇ ਤਾਂ ਧਨ ਦੇ ਉੱਤੇ, ਤੂੰ ਧਨ ਕਿੱਥੋਂ ਲੈ ਕੇ ਆਇਆ ਸੀ, ਕਿਹੜੀ ਫੈਕਟਰੀ 'ਚ ਬਣਾਇਆ ਸੀ ਤੂੰ ਧਨ ਜਿਹੜਾ ਹੈਗਾ? ਕਹਿੰਦੇ ਉਹ ਤਾਂ ਸਾਰਾ ਦਾ ਸਾਰਾ ਮਾਲਕ ਦਾ ਦਿੱਤੀ ਹੋਈ ਚੀਜ਼ ਆ। ਅਤ ਸੂਰਾ ਜੇ ਕੋਉ ਕਹਾਵੈ ਪ੍ਰਭ ਕੀ ਕਲਾ ਬਿਨਾਂ ਕਹਿਤਾਵੈ, ਕਹਿੰਦੇ ਜੇ ਤੂੰ ਆਪਣੇ ਆਪ ਨੂੰ ਬਹੁਤ ਸੂਰਵੀਰ ਸਮਝ ਰਿਹਾ ਹੈ, ਮੈਂ ਬੜਾ ਬਹਾਦਰ ਹੈਗਾ ਅਤੇ ਇੱਧਰ ਸਾਰੇ ਜਿਹੜਾ ਹੈਗਾ ਉਹ ਕਰੀ ਜਾ ਰਿਹਾ, ਆਪਣੀ ਬਹਾਦਰੀ ਨਾਲ ਲੋਕਾਂ ਨੂੰ ਦੱਬੀ ਜਾ ਰਿਹਾ ਹਾਂ, ਲੋਕਾਂ 'ਤੇ ਜਿਹੜਾ ਹੈਗਾ ਉਹਨਾਂ ਨੂੰ ਤਕਲੀਫ ਦੇ ਰਿਹਾ ਹਾਂ। ਕਹਿੰਦੇ ਪ੍ਰਭ ਕੀ ਕਲਾ ਬਿਨਾਂ ਕਹਿਤਾਵੇ, ਕਹਿੰਦੇ ਪਰਮਾਤਮਾ ਦੀ ਕਲਾ ਜਿਹੜੀ ਤੇਰੇ ਅੰਦਰ ਵਰਤ ਰਹੀ ਆ ਉਹਦੇ ਬਿਨਾਂ ਤੂੰ ਕਿਤੇ ਜਿਹੜਾ ਹੈਗਾ ਕਿਤੇ ਜਾ ਸਕਦਾ ਹੈ?
ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ। ਕਹਿੰਦੇ ਤੂੰ ਆਪਣੇ ਆਪ ਨੂੰ ਬੜਾ ਦਾਤਾ ਸਮਝ ਰਿਹਾ ਹੈ, ਬੜੇ ਲੰਗਰ ਚਲਾਤੇ ਆ, ਬੜਾ ਕਰਤਾ, ਬੜਾ ਦਾਨ ਦੇਤਾ, ਬੜੇ ਵਿਆਹ ਕਰਵਾਤੇ, ਬੜੇ ਆਹ ਸਾਰੇ ਕਰਤੇ ਆ। ਕਹਿੰਦੇ ਉਹ ਉਹ ਤੂੰ ਤੂੰ ਇਹ ਦਾਤ ਤੇਰੇ ਕੋਲ ਕਿੱਥੋਂ ਆਈ ਹੈ, ਤੂੰ ਕਿਵੇਂ ਦਾਤਾ ਬਣ ਗਿਆ? ਕਹਿੰਦੇ ਅਸਲੀ ਦਾਤਾ ਤਾਂ ਉਹ ਪਰਮਾਤਮਾ ਹੈਗਾ, ਤਿਸ ਦੇਨ ਹਾਰ ਜਾਣੇ ਗਵਾਰ। ਕਹਿੰਦੇ ਉਹ ਮਾਲਕ ਤਾਂ ਪਰਮਾਤਮਾ ਸਮਝਦਾ, ਦੇਖੋ ਕਿਸ ਤਰ੍ਹਾਂ ਮੇਰੀ ਚੀਜ਼ 'ਤੇ ਆਪਣਾ ਹੱਕ ਜਮਾ ਕੇ ਔਰ ਉਹਨੂੰ ਵਰਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਆਖਰੀ ਦੇ ਵਿੱਚ ਮਹਾਰਾਜ ਜਿਹੜੇ ਆ ਇਹਦੇ 'ਚ ਫਿਰ ਦੱਸ ਰਿਹਾ, ਕਹਿੰਦੇ ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ। ਕਹਿੰਦੇ ਜਿਹਦੇ ਜਿਹਦਾ ਵੀ ਗੁਰੂ ਦੀ ਕਿਰਪਾ ਦੇ ਨਾਲ ਇਹ ਹਉਮੈ ਦਾ ਰੋਗ ਟੁੱਟ ਜਾਂਦਾ ਆ, ਨਾਨਕ ਸੋ ਜਨ ਸਦਾ ਅਰੋਗ। ਕਹਿੰਦੇ ਉਹ ਜਿਹੜਾ ਹੈਗਾ ਰੋਗ ਤੋਂ ਮੁਕਤ ਹੋ ਜਾਂਦਾ ਹੈ, ਹਉਮੈ ਤੋਂ ਮੁਕਤ ਹੋ ਜਾਂਦਾ ਹੈ। ਸੋ ਭਾਈ ਸਾਹਿਬ ਨਿੱਜਰ ਸਾਹਿਬ, ਜੇ ਅਸੀਂ ਹਉਮੈ ਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਪੂਰੀ ਹਉਮੈ ਦੀ ਡੈਫੀਨੇਸ਼ਨ, ਹਉਮੈ ਦਾ ਕੀ ਰੋਲ ਹੈ ਇਸ ਦੁਨੀਆ ਦੇ ਵਿੱਚ, ਹਉਮੈ ਨੂੰ ਕਿਸ ਤਰ੍ਹਾਂ ਅਸੀਂ ਪਛਾਣ ਕੇ, ਅਸੀਂ ਆਪਣਾ ਮੂਲ ਪਛਾਣ ਕੇ ਕਿਸ ਤਰ੍ਹਾਂ ਆਪਾਂ ਇਨਲਾਈਟਨਮੈਂਟ ਪਾ ਸਕਦੇ ਹਾਂ, ਇਹਨੂੰ ਜੇ ਅਸੀਂ ਬਰੀਫ 'ਚ ਕਹੀਏ ਕਿ ਸਾਡਾ ਸਮਝ ਲੈਣਾ ਇਹ ਹੈ ਕਿ ਜਿਹੜੀ ਪੂਰੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ ਉਹ ਇੱਕ ਇਲਿਊਜ਼ਨ ਔਰ ਹਉਮੈ ਦੇ ਵਿੱਚ ਬਣਾਈ ਹੈ। ਹਰ ਇਨਸਾਨ, ਹਰ ਜਾਨਵਰ ਉਸ ਸ੍ਰਿਸ਼ਟੀ 'ਚ ਇਲਿਊਜ਼ਨ 'ਚ ਰਹਿ ਰਿਹਾ, ਉਹ ਇਲਿਊਜ਼ਨ ਬੜਾ ਇੱਕ ਡਰਾਮਾ ਹੈ, ਇੰਨਾ ਡਰਾਮਾ ਹੈ, ਇੰਨਾ ਰਿਅਲਿਸਟਿਕ ਹੈ ਕਿ ਹਰੇਕ ਨੂੰ ਲੱਗਦਾ ਕਿ ਉਹ ਰਿਅਲੀ ਰੀਅਲ ਹੈਗਾ, ਜੇ ਮੈਂ ਰੀਅਲ ਤਨਾੜ ਹੈ, ਮੈਂ ਰੀਅਲ ਰਾਜਾ ਹੈ, ਮੈਂ ਬਹੁਤ ਵੱਡਾ ਆਦਮੀ ਹੈ, ਮੇਰੀ ਸ਼ਕਤੀ ਬਹੁਤ ਹੈ। ਪਰ ਐਂਡ ਆਫ ਦਾ ਡੇ ਕਿ ਤੁਸੀਂ ਕਿੰਨੇ ਵੀ ਤਨਾੜ ਹੋ, ਕਿੰਨੇ ਵੀ ਸ਼ਕਤੀਮਾਨ ਹੋ, ਐਂਡ ਆਫ ਦਾ ਡੇ ਇਹੀ ਹੈ ਕਿ ਤੁਸੀਂ ਦੋ ਸਾਹ ਦੇ ਨਾਲ ਹੀ ਜੀ ਰਹੇ ਹੋ, ਤੂੰ ਇੱਕ ਮਿੰਟ 'ਚ ਤੁਹਾਡਾ ਸਵਾਸ ਰੁਕ ਜਾਂਦਾ। ਤੋ ਜੇ ਅਸੀਂ ਸਮਝਣਾ ਸ਼ੁਰੂ ਕਰੀਏ, ਜੇ ਗੁਰਬਾਣੀ 'ਚ ਵੀ ਇਹ ਲਿਖਿਆ, ਤੁਸੀਂ ਪਰਮਾਤਮਾ ਦਾ ਸ਼ਬਦ ਪਹਿਚਾਣ ਲੈਂਦੇ ਹੋ, ਤੋ ਸ਼ਬਦ ਦੇ ਨਾਲ ਤੁਸੀਂ ਜੁੜ ਜਾਂਦੇ ਹੋ, ਤੁਹਾਨੂੰ ਆਪਣੀ ਜਿਹੜੀ ਟਰੂਥ ਜਿਹੜਾ ਹੈਗਾ, ਟਰੂਥ ਜਿਹੜਾ ਤੁਸੀਂ ਐਕਚੁਅਲੀ ਕੀ ਹੈ ਉਹ ਸਮਝ ਜਾਂਦੇ ਹੋ, ਤਾਂ ਤੁਸੀਂ ਫਿਰ ਉਸ ਜਿਹੜੀ ਕੌਨਸ਼ੀਅਸਨੈਸ ਹੈ ਜਿਹੜੀ ਪਰਮਾਤਮਾ ਨੇ ਜਿਹਨੇ ਸ੍ਰਿਸ਼ਟੀ ਬਣਾਈ ਨੇ ਉਹਦੇ ਨਾਲ ਵਨ ਟੂ ਵਨ ਹੋ ਜਾਂਦੇ ਆ, ਫਿਰ ਤੁਸੀਂ ਹਉਮੈ ਨੂੰ ਵੀ ਸਮਝ ਜਾਂਦੇ ਹੋ, ਫਿਰ ਤੁਸੀਂ ਹਉਮੈ 'ਚ ਨਹੀਂ ਰਹਿੰਦੇ। ਜਦੋਂ ਤੁਸੀਂ ਹਉਮੈ 'ਚ ਨਹੀਂ ਰਹਿੰਦੇ ਤੁਸੀਂ ਖੁਸ਼ ਰਹਿੰਦੇ ਹੋ, ਤੁਸੀਂ ਇਸ ਦੁਨੀਆ 'ਚ ਰਹਿੰਦੇ ਹੋ ਪਰ ਇਸ ਦੁਨੀਆ ਤੋਂ ਐਕਟਿੰਗ ਕਰਦੇ ਹੋ, ਬਸ ਐਕਟਰ ਵਾਂਗੂ ਰਹਿੰਦੇ ਹੋ, ਸਿਰਫ ਤੁਸੀਂ ਸਗੋਂ ਤੁਸੀਂ ਉਸੇ ਦੁਨੀਆ 'ਚ ਫਲਾਈ ਕਰਦੇ ਹੋ, ਉੱਡਦੇ ਹੋ, ਮਤਲਬ ਉੱਪਰ ਉੱਡ ਜਾਂਦੇ ਹੋ, ਤੁਸੀਂ ਉੱਪਰ ਉੱਡ ਜਾਂਦੇ ਹੋ, ਤੁਸੀਂ ਦੇਖ ਵੀ ਲੈਂਦੇ ਹੋ ਤੁਸੀਂ। ਤੋ ਉਹ ਜਿਹੜਾ ਦੁੱਖ ਸੁੱਖ ਦਾ ਡਰਾਮਾ ਜਾਂ ਉਹਨੇ ਬਹੁਤ ਇਲੇਸ਼ਨ ਜਾਂ ਬਹੁਤ ਡਿਪਰੈਸ਼ਨ ਦਾ ਡਰਾਮਾ, ਉਹਦੇ 'ਚੋਂ ਤੁਹਾਡਾ ਛੁਟਕਾਰਾ ਹੋ ਜਾਂਦਾ ਕਿਉਂਕਿ ਤੁਹਾਡਾ ਦਸ਼ਮ ਦੁਆਰ ਖੁੱਲ੍ਹ ਗਿਆ ਔਰ ਤੁਸੀਂ ਇਸ ਇਹ ਜਿਹੜੀ ਡੈਫੀਨੇਸ਼ਨ ਹੈ ਜੀ, ਇਹ ਜਿਹੜਾ ਸਮਝਣਾ ਇਸ ਹਉਮੈ ਨੂੰ, ਇਹਦੇ ਬਾਰੇ ਤੁਸੀਂ ਥੋੜ੍ਹਾ ਬਹੁਤ ਹੋਰ ਇਲੈਬੋਰੇਟ ਕਰਨਾ ਚਾਹੋ ਲੇਮੈਨ ਲੈਂਗੁਏਜ 'ਤੇ, ਤਾਂ ਕਿ ਹਰ ਸੱਜਣ ਜੋ ਸਾਨੂੰ ਸੁਣ ਰਿਹਾ ਵੀ ਗੁਰਬਾਣੀ ਦੇ ਵਿੱਚ। ਬਸ ਮੇਨ ਚੀਜ਼ ਤਾਂ ਇਹ ਹੈਗੀ ਕਿ ਆਪਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਆਪਾਂ ਆਪਣਾ ਐਗਜਿਸਟੈਂਸ ਹੈ ਨਹੀਂ ਗਾ, ਆਪਣਾ ਐਗਜਿਸਟੈਂਸ ਫਾਲਸ ਹੈ, ਬਸ ਆਪਣਾ ਐਗਜਿਸਟੈਂਸ ਫਾਲਸ ਹੈ, ਪਹਿਲੀ ਚੀਜ਼ ਆਹ ਚੀਜ਼ ਸਮਝ ਕੇ ਚੱਲੇ। ਔਰ ਜੋ ਕੁਛ ਵੀ ਦਿਸ ਰਿਹਾ ਹੈ ਉਹ ਸਾਰਾ ਦਾ ਸਾਰਾ ਆਪਾਂ ਨੂੰ ਧੋਖਾ ਦੇਣ ਕਰਕੇ ਵਾਸਤੇ, ਆਪਾਂ ਨੂੰ ਟਰੈਪ ਕਰਨ ਵਾਸਤੇ ਜਿਹੜਾ ਹੈਗਾ ਪਰਮਾਤਮਾ ਦੀ ਗੇਮ ਹੈਗੀ ਉਹ, ਬਸ ਉਸ ਗੇਮ ਨੂੰ ਜਿਹੜਾ ਹੈਗਾ ਬੁੱਝਣਾ ਹੈ ਆਪਾਂ ਨੇ। ਔਰ ਉਹਦੇ ਵਿੱਚ ਆਪਾਂ ਐਕਟਰ ਜਿਹੜੇ ਹੈਗੇ, ਮਤਲਬ ਪੂਰੇ ਐਕਟਿਵਨੈਸ, ਐਕਟਿਵ ਐਕਟਰ ਜਿਹੜਾ ਕਹਿੰਦੇ ਆ ਵੀ ਪੂਰੀ ਤਰ੍ਹਾਂ ਇਨਵਾਲਵ ਹੋ ਰਿਹਾ ਆ, ਉਹ ਨਹੀਂ ਕਰਨਾ ਆਪਾਂ ਨੇ। ਆਪਾਂ ਨੇ ਉਹਦੇ 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 ਲਈ ਸਿਰਫ ਜਿਹੜਾ ਹੈਗਾ, ਜਿਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਸ਼ੋਅ ਦੇ ਵਿੱਚ ਇੱਕ ਐਕਟਰ ਕਰਦਾ ਐਕਟਿੰਗ ਕਰਕੇ ਬੰਦੇ ਫਿਰ ਵਾਪਸ ਰੀਅਲ ਲਾਈਫ ਦੇ ਵਿੱਚ ਹੋਰ ਹੁੰਦੇ ਆ, ਉਸ ਤਰ੍ਹਾਂ ਆਪਾਂ ਨੇ ਉਹਦੇ ਵਿੱਚ ਐਕਸ਼ਨ ਕਰਨਾ। ਔਰ ਫਿਰ ਇਸ ਤਰ੍ਹਾਂ ਕਰਦੇ ਕਰਦੇ ਜੇ ਆਪਾਂ ਐਕਟ ਆਪਾਂ ਜਿਹੜੇ ਹੈਗੇ ਆਪਾਂ ਫਿਰ ਇੱਕ ਸਪੈਕਟੇਟਰ ਬਣ ਜਾਂਦੇ ਹਾਂ ਉਸ ਸ਼ੋਅ ਨੂੰ, ਜਦ ਆਪਾਂ ਉੱਪਰ ਉੱਠ ਜਾਂਦੇ ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਸਾਰੀ ਚੀਜ਼, ਫਿਰ ਆਪਾਂ ਉਹਦੇ ਵਿੱਚ ਫਸਦੇ ਨਹੀਂ ਹਾਂ, ਬਸ ਆਹੀ ਚੀਜ਼ ਹੈ। ਸੋ ਬਹੁਤ ਬਹੁਤ ਮਿਹਰਬਾਨੀ ਨਿੱਜਰ ਸਾਹਿਬ, ਆਈ ਥਿੰਕ ਅਸੀਂ ਹਉਮੈ ਦੇ ਉੱਪਰ ਜੇ ਵਿਚਾਰ ਕੀਤਾ ਔਰ ਇਸੇ ਸੀਰੀਜ਼ ਨੂੰ ਅਸੀਂ ਹੋਰ ਕੰਟੀਨਿਊ ਰੱਖਾਂਗੇ। ਥੈਂਕ ਯੂ ਸੋ ਮੱਚ ਸਾਡੇ ਸਾਡੇ ਸੁਣਨ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਕੋਈ ਕਿਸੇ ਸੱਜਣ ਦਾ ਸੁਝਾਅ ਹੋਵੇ ਜਾਂ ਕੋਈ ਡਿਸਕਸ਼ਨ ਕਰਨਾ ਚਾਹੁੰਦਾ ਹੋਵੇ ਭਾਈ ਸਾਹਿਬ ਦੇ ਨਾਲ, ਇਹ ਸਾਡੀ ਅੰਡਰਸਟੈਂਡਿੰਗ ਹੈ, ਕਿਸੇ ਸੱਜਣ ਦੀ ਬੈਟਰ ਅੰਡਰਸਟੈਂਡਿੰਗ ਹੋਵੇ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੇ। ਇਹ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਸੱਜਣ ਹਿੰਦੁਸਤਾਨ ਰਹਿੰਦੇ ਨੇ ਜਾਂ ਅਮੈਰੀਕਾ 'ਚ ਰਹਿੰਦੇ ਜਾਂ ਇੱਥੇ ਕੈਨੇਡਾ 'ਚ ਰਹਿੰਦੇ ਨੇ, ਉਹ ਟੈਲੀਫੋਨ ਦੇ ਥਰੂ ਜਾਂ ਈਮੇਲ ਦੇ ਥਰੂ ਭਾਈ ਸਾਹਿਬ ਦੇ ਨਾਲ ਕੰਟੈਕਟ ਕਰਦੇ ਨੇ। ਬਹੁਤ ਸਾਰੇ ਸੱਜਣ ਮੇਰੇ ਨਾਲ ਕੰਟੈਕਟ ਕਰਦੇ ਨੇ, ਵਿਚਾਰ ਕਰਦੇ ਨੇ, ਕੁਛ ਇੱਕ ਸੁਜੈਸ਼ਨ ਦਿੰਦੇ ਆ, ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਇਨਕੋਰਪੋਰੇਟ ਕਰਦੇ ਰਹਿੰਦੇ ਹਾਂ। ਸਾਡਾ ਸਿਰਫ ਇੱਕੋ ਹੀ ਏਮ ਹੈ ਕਿ ਗੁਰਬਾਣੀ ਨੂੰ ਜਿਸ
ਜਿੰਨਾ ਅਸੀਂ ਹੋਰ ਗੁਰਬਾਣੀ ਦਾ ਪ੍ਰਚਾਰ ਕਰ ਸਕੀਏ, ਅਸੀਂ ਸਾਰੇ ਇੱਕ ਦੂਸਰੇ ਤੋਂ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਅਸੀਂ ਸਾਰੇ ਇੱਕ ਐਸੀ ਯੂਨੀਕ ਜਿਹੜੀ ਸਾਡੇ ਕੋਲ ਗ੍ਰੰਥ ਹੈ ਉਹਦੇ ਕੋਲੋਂ ਫਾਇਦਾ ਉਠਾ ਸਕੀਏ। ਅੱਛਾ ਭਾਈ ਸਾਹਿਬ, ਸਤਿ ਸ਼੍ਰੀ ਅਕਾਲ।